प्यारे दोस्तों अ बड़े दिनों बाद आज आपा फिर कुछ सियासी गल्लां करण ਲੱਗੇ ਆ ਤੇ ਇੰਨਾ ਸਿਆਸੀ ਗੱਲਾਂ ਕਰਨ ਦਾ ਸਬਬਾ ਕਿ ਪਿਛਲੇ ਦਿਨਾਂ ਦੇ ਵਿੱਚ ਦੋ ਖਬਰਾਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਥਾਂ ਮੱਲੀ ਬੈਠੀਆਂ ਇੱਕ ਇਹ ਕਿ ਕਾਲ ਤਖਤ ਦੇ ਜਥੇਦਾਰ ਦਾ ਬਿਆਨ ਕਿ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਖਰੀਦ ਕੇ ਰੱਖਣੇ ਚਾਹੀਦੇ ਤੇ ਦੂਸਰਾ ਇਹ ਕਿ ਵਿਜੇ ਸਿੰਘਲਾ ਦੀ ਮੰਤਰੀ ਮੰਡਲ ਤੋਂ ਭ੍ਰਸ਼ਟਾਚਾਰ ਦੇ ਦੋਸ਼ੇਠ ਬਰਖਾਸਤ ਕੀ ਮੈਂ ਅਸਲ ਦੇ ਵਿੱਚ ਇਹਨਾਂ ਦੋ ਘਟਨਾਵਾਂ ਵੱਖਰੀਆਂ ਵੱਖਰੀਆਂ ਘਟਨਾਵਾਂ ਸਭ ਤੁਹਾਨੂੰ ਪਤਾ ਹੈ ਮੈਂ ਸਿਰਫ ਇਹਦੇ ਪ੍ਰਤੀ ਜਿਹੜਾ ਪੰਜਾਬੀਆਂ ਦਾ ਪ੍ਰਤੀਕਰਮ ਜਿਹੜਾ ਰਿਸਪਾਂਸ ਖਾਸ ਕਰਕੇ ਜਿਹੜਾ ਸੋਸ਼ਲ ਮੀਡੀਆ ਤੇ ਰਿਸਪਾਂਸ ਉਸ ਦੇ ਬਾਰੇ ਗੱਲ ਕਰਨੀ ਚਾਹੁੰਦਾ ਗੱਲ ਇਸ ਕਰਕੇ ਕਰਨੀ ਚਾਹੁੰਦਾ ਕਿ ਬਹੁਤ ਵਾਰ ਅਸੀਂ ਜਾਤਾ ਪਾਵਕਤਾ ਦੇ ਵਹਿਣ ਵਿੱਚ ਵਹਿ ਜਾਣੇ ਜਾਂ ਜਿਵੇਂ ਬਹੁ ਗਣਤੀ ਕਹਿ ਰਹੀ ਆ ਉਹਦੇ ਮਗਰ ਹੀ ਭੇਡਾਂ ਵਾਂਗ ਬਾਹ ਬਾਹ ਕਰਨ ਲੱਗ ਪੈਣੇ ਜਾਂ ਕਈ ਵਾਰ ਅਸੀਂ ਚੀਜ਼ ਨੂੰ ਅਸਲ ਪ੍ਰਸੰਗ ਚੋਂ ਤੋੜ ਕੇ ਸਿਰਫ ਤਰੰਤ ਆਪਣੇ ਨਿੱਜੀ ਅਨਭਵਾਂ ਦੇ ਆਧਾਰ ਤੇ ਪ੍ਰਤੀਕਰਮ ਦੇ ਦਿੰਨੇ ਆ ਇਸ ਨਾਲ ਕੀ ਹੈ ਕਿ ਜਿਹੜੀ ਪੰਜਾਬੀਆਂ ਦੀ ਸਮੂਹਕ ਚੇਤਨਾ ਉਹ ਕਿਸੇ ਬਾਹਲੇ ਵਧੀਆ ਪਾਸੇ ਵੱਲ ਵਿਕਸਿਤ ਨਹੀਂ ਹੋਏ ਪਹਿਲੀ ਗੱਲ ਸਭ ਤੋਂ ਪਹਿਲੀ ਗੱਲ ਇਹ ਕਿ ਕਾਲ ਤਖਤ ਦੇ ਜਥੇਦਾਰ ਗਿਆਨੀ ਡਾਕਟਰ ਹਰਪ੍ਰੀਤ ਸਿੰਘ ਨੇ ਇੱਕ ਬਿਆਨ ਦਿੱਤਾ ਬਿਆਨ ਦਿੱਤਾ ਬਿਆਨ ਦੇਣ ਦਾ ਇੱਕ ਵਿਸ਼ੇਸ਼ ਪ੍ਰਸੰਗ ਆ ਕਿ 6ਵੇਂ ਪਾਸ਼ਾ ਸ਼੍ਰੀ ਹਰਗੋਬਿੰਦ ਰਾਏ ਜੀ ਦੇ ਉਹਨਾਂ ਨੇ ਦਿਵਸ ਦੇ ਉੱਪਰ ਸੰਦੇਸ਼ ਜਾਰੀ ਕੀਤਾ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਜਿਹੜੀਆਂ ਰਵਾਇਤੀ ਖੇਡਾਂ ਨੇ ਨੇਜੇਵਾਜੀ ਘੋੜ ਸਵਾਰੀ ਵਗੈਰਾ ਉਹ ਵੀ ਸਿੱਖਣੀਆਂ ਚਾਹੀਦੀਆਂ ਨੇ ਤੇ ਸਿੱਖਾਂ ਨੂੰ ਆਧੁਨਿਕ ਲਾਇਸੈਂਸੀ ਹਥਿਆਰ ਰੱਖਣੇ ਚਾਹੀਦੇ ਹੁਣ ਇਹ ਉਹਨਾਂ ਦਾ ਜਿਹੜਾ ਬਿਆਨ ਆ ਉਹਦੇ ਵਿੱਚ ਜਿਹੜੇ ਲਾਇਸੈਂਸੀ ਹਥਿਆਰ ਰੱਖਣੇ ਚਾਹੀਦੇ ਆ ਇਸ ਉੱਪਰ ਪ੍ਰਤੀਕਰਮ ਆਇਆ ਪ੍ਰਤੀਕਰਮ ਇਕਤਾ ਆਇਆ ਕਿ ਸਿਆਸੀ ਪਾਰਟੀਆਂ ਵੱਲੋਂ ਪ੍ਰਤੀਕਰਮ ਆਇਆ ਇੱਕ ਸਰਕਾਰ ਵੱਲੋਂ ਪ੍ਰਤੀਕਰਮ ਆਇਆ ਇੱਕ ਕਿਹਾ ਜਾ ਸਕਦਾ ਹੈਗਾ ਕਿ ਸਤੰਤਰ ਬੁੱਧੀਜੀਵੀਆਂ ਵੱਲੋਂ ਮੈਨੂੰ ਬੜੀ ਹੈਰਾਨੀ ਵਾਲੀ ਗੱਲ ਹੋਈ ਕਿ ਜਿਹੜੇ ਸੱਤਾਧਾਰੀ ਪਾਰਟੀ ਆ ਉਸ ਦੇ ਜਿਹੜੇ ਇਸ ਸਮੇਂ ਮੁੱਖ ਮੰਤਰੀ ਨੇ ਸ਼੍ਰੀ ਭਗਵੰਤ ਮਾਨ ਜੀ ਉਹਨਾਂ ਨੇ ਵੀ ਕਿਹਾ ਕਿ ਜੱਥੇਦਾਰ ਸਾਹਿਬ ਨੂੰ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀ ਹਾਲਾਂਕਿ ਆਪਾਂ ਨੂੰ ਪਤਾ ਹੈ ਕਿ ਸਰਕਾਰ ਆ ਜਿਹੜੀ ਉਹ ਖੁਦ ਲਾਇਸੈਂਸ ਦਿੰਦੀ ਹੈ ਤਾਂ ਕੀ ਸਰਕਾਰ ਨੇ ਲਾਇਸੈਂਸ ਦੇਣ ਦੀ ਨੀਤੀ ਬੰਦ ਕਰ ਦਿੱਤੀ ਕੀ ਹੁਣ ਲਾਇਸੈਂਸੀ ਹਥਿਆਰ ਨਹੀਂ ਦਿੱਤੇ ਜਾਣਗੇ ਦੂਸਰਾ ਇੱਕ ਇੱਕ ਵਿਸ਼ੇਸ਼ ਧਰਮ ਦੇ ਜਥੇਦਾਰ ਨੇ ਇੱਕ ਬਿਆਨ ਦਿੱਤਾ ਹੈ ਇਹਦੇ ਤੇ ਕੋਈ ਪ੍ਰਤੀਕਰਮ ਦੇਣਾ ਹੀ ਨਹੀਂ ਬਣਦਾ ਸੀ ਉਹ ਇਹ ਤਾਂ ਕਹਿ ਨਹੀਂ ਰਹੇ ਕਿ ਗੈਰ ਲਾਇਸੈਂਸੀ ਹਥਿਆਰ ਰੱਖੋ ਦੂਸਰੇ ਪਾਸੇ ਬਿਆਨ ਆ ਭਾਰਤੀ ਜਨਤਾ ਪਾਰਟੀ ਦਾ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਇਹ ਬਿਆਨ ਠੀਕ ਨਹੀਂ ਹੈ ਭਾਰਤੀ ਜਨਤਾ ਪਾਰਟੀ ਦਾ ਜਿਹੜੀ ਮਾਂ ਪਾਰਟੀ ਆ ਜਾਂ ਕਹਿ ਲੋ ਕਿ ਮਾਂ ਜੱਥੇ ਬੰਦੀ ਆ ਆਰਐਸਐਸ ਵਿਜੇ ਦਸ਼ਮੀ ਮਨਾਈ ਜਾਂਦੀ ਹੈ ਹਥਿਆਰਾਂ ਦੀ ਪ੍ਰਦਰਸ਼ਨੀ ਕੀਤੀ ਜਾਂਦੀ ਹੈ ਸ਼ਾਖਾਾਂ ਦੇ ਵਿੱਚ ਲਾਠੀ ਚਲਾਉਣੀ ਸਿਖਾਈ ਜਾਂਦੀ ਹੈ ਤਾਂ ਉਸ ਹਾਲਤ ਵਿੱਚ ਜਦੋਂ ਖੁੱਤ ਜਿਹੜਾ ਕੁਝ ਸਾਰਾ ਕੁਝ ਕੀਤਾ ਜਾਂਦਾ ਉਸ ਸਮੇਂ ਇਹ ਕਹਿਣਾ ਕਿ ਕੋਈ ਵਿਸ਼ੇਸ਼ ਵਿਅਕਤੀ ਅਜਿਹਾ ਬਿਆਨ ਕਿਉਂ ਦੇਵੇ ਮੇਰਾ ਖਿਆਲ ਹੈ ਠੀਕ ਨਹੀਂ ਜਾਪਦਾ ਇਸੇ ਤਰ੍ਹਾਂ ਹੀ ਕਾਂਗਰਸ ਪਾਰਟੀ ਦਾ ਬਿਆਨ ਇਹ ਸਾਰੇ ਬਿਆਨ ਆ ਜਿਹੜੇ ਸਿਆਸਤ ਤੋਂ ਜਿਹਨੂੰ ਕਹਿ ਸਕਦੇ ਆ ਕਿ ਪ੍ਰੇਰਿਤ ਬਿਆਨ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹਦਾ ਐਸਜੀਪੀ ਤੇ ਐਸਪੀਸੀ ਤੇ ਕਬਜ਼ਾ ਐ ਐਸਜੀਪੀਸੀ ਦਾ ਲਗਾਇਆ ਜਾਂ ਉਸ ਧੜੇ ਦਾ ਜਾਂ ਉਸ ਪਾਰਟੀ ਦਾ ਲਗਾਇਆ ਕਾਲ ਰੱਖਦਾ ਜਥੇਦਾਰ ਇਸ ਕਰਕੇ ਕਾਲ ਤੱਕ ਦੇ ਜਥੇਦਾਰ ਦੇ ਬਿਆਨ ਦੀ ਵਿਰੋਧਤਾ ਕੀਤੀ ਚਾਲੀ ਜੇ ਅਸੀਂ ਇਹਦਾ ਇਤਿਹਾਸਿਕ ਪ੍ਰਸੰਗ ਦੇਖੀ ਪਹਿਲੀ ਗੱਲ ਇਤਿਹਾਸ ਵਿੱਚ ਇਹ ਪਹਿਲੀ ਵਾਰੀ ਆਉਂਦਾ ਕਿ ਛੇਵੇਂ ਪਾਸ਼ਾ ਨੇ ਦੋ ਤਲਵਾਰਾਂ ਪਹਿਨੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਸ਼ਕਤੀ ਦੀ ਇੱਕ ਭਗਤੀ ਦੀ ਤਾਂ ਉਸ ਹਾਲਤ ਵਿੱਚ ਜੇ ਗੁਰੂ ਸਾਹਿਬਾਰੇ ਹੈ ਕਿ ਉਹਨਾਂ ਨੇ ਜੰਗਾਂ ਲੜੀਆਂ ਉਹਨਾਂ ਨੇ ਹਥਿਆਰ ਰੱਖੇ ਉਹਨਾਂ ਨੇ ਸ਼ਿਕਾਰ ਖੇਡਿਆ ਤਾਂ ਉਸ ਦੇ ਦਿਵਸ ਤੇ ਇਹ ਕਹਿਣਾ ਕਿ ਅੱਜ ਵੀ ਸਿੱਖਾਂ ਨੂੰ ਇਹ ਰਵੈਥੀ ਖੇਡਾਂ ਸਿੱਖਣੀਆਂ ਚਾਹੀਦੀਆਂ ਜਾਂ ਉਹਨਾਂ ਨੂੰ ਸ਼ਾਸਤਰ ਰੱਖਣੇ ਚਾਹੀਦੇ ਆ ਆਧੁਨਿਕ ਸ਼ਾਸਤਰ ਰੱਖਣੇ ਚਾਹੀਦੇ ਆ ਇਹ ਸੰਦੇਸ਼ ਕਿਵੇਂ ਵੀ ਕਿਹਾ ਜਾ ਸਕਦਾ ਕਿ اٹਕਮਾ ਨਹੀਂ ਆ ਦੂਸਰੀ ਗੱਲ ਦੂਸਰੀ ਗੱਲ ਇਹ ਕਿ ਜਦੋਂ ਅਸੀਂ ਕਹਿੰਨੇ ਆ ਕਿ ਦਸਵੇਂ ਪਾਤਸ਼ਾਹ ਨੇ ਅ ਅਮਰਤ ਸ਼ਕਾਇਆ ਤਾਂ ਉਸ ਸਮੇਂ ਜਿਹੜੇ ਪੰਜ ਕਕਾਰ ਦਿੱਤੇ ਉਹਨਾਂ ਵਿੱਚ ਇੱਕ ਹਥਿਆਰ ਉਸ ਸਮੇਂ ਜਿਹੜੀ ਕਿਰਪਾਨ ਉਹ ਹਥਿਆਰ ਮਹੱਤਵਪੂਰਨ ਹਥਿਆਰ ਸੀ ਅੱਜ ਮਾਕੇ ਜਿਹੜੀ ਕਿਰਪਾਨ ਉਹਦੇ ਜਿਹੜੇ ਬਦਲਵੇਂ ਰੂਪ ਆ ਉਹ ਵੀ ਸਿੱਖਾਂ ਕੋਲ ਹੋਣੇ ਚਾਹੀਦੇ ਇਸ ਦੇ ਉਲਟ ਜਿਹੜੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਸਤੰਤਰ ਬੁੱਧੀ ਜੀਵੀਆਂ ਵੱਲੋਂ ਕਿ ਗੁਰੂ ਸਾਹਿਬ ਨੂੰ ਤਾਂ ਔਸਮ ਇਹਦੀ ਲੋਡ ਸੀ ਅੱਜ ਸ਼ਾਇਦ ਇਸ ਚੀਜ਼ ਦੀ ਲੋਡ ਨਹੀਂ ਹਾਂ ਬਿਲਕੁਲ ਅੱਜ ਉਸ ਚੀਜ਼ ਦੀ ਲੋਡ ਨਹੀਂ ਇਸ ਕਾਰਨ ਕਰਕੇ ਕਿਹਾ ਜਾ ਰਿਹਾ ਹੈ ਕਿ ਅੱਜ ਤਾਂ ਸਿਰਫ ਗ੍ਰੰਥ ਦੀ ਗੱਲ ਹੋਣੀ ਚਾਹੀਦੀ ਆ ਪੁਸਤਕ ਦੀ ਗੱਲ ਹੋਣੀ ਚਾਹੀਦੀ ਆ ਪੜ੍ਹਨ ਦੀ ਗੱਲ ਹੋਣੀ ਚਾਹੀਦੀ ਆ ਨਵੀਆਂ ਤਕਨੀਕ ਸਿੱਖਣ ਦੀ ਗੱਲ ਹੋਣੀ ਚਾਹੀਦੀ ਏ ਹਥਿਆਰਾਂ ਵਾਲੀ ਗੱਲ ਆ ਜਿਹੜੀ ਉਹਨਾਂ ਨੂੰ ਜਾ ਕੇ ਜੋੜ ਦਿੱਤਾ ਗਿਆ ਜੋੜਿਆ ਗਿਆ ਸਿੱਧਾ ਜਾ ਕੇ ਕਿ ਇਹ ਨਜਾਇਜ਼ ਹਥਿਆਰਾਂ ਨਾਲ ਪਹਿਲੀ ਗੱਲ ਤਾਂ ਲਾਇਸੈਂਸੀ ਹਥਿਆਰਾਂ ਦੀ ਗੱਲ ਕਰ ਰਹੇ ਆ ਦੂਸਰੇ ਪਾਸੇ ਨਜਾਇਜ਼ ਹਥਿਆਰਾਂ ਤੋਂ ਵੀ ਅੱਗੇ ਜਿਸ ਚੀਜ਼ ਨਾਲ ਜੁੜਿਆ ਗਿਆ ਉਹ ਇਸ ਚੀਜ਼ ਨਾਲ ਜੁੜਿਆ ਗਿਆ ਕਿ ਇਹ ਤਾਂ ਜਿਹੜੇ ਫੁਕਰੇ ਗਾਇਕ ਗਾਉਂਦੇ ਆ ਉਹ ਉਸੇ ਲਈ ਤੇ ਚੱਲਣ ਵਾਲੀ ਗੱਲ ਹੈ ਫਿਰ ਉਸ ਤੋਂ ਵੀ ਅੱਗੇ ধারণা ਦਿੱਤੀਆਂ ਗਈਆਂ ਕਿ ਕਿਵੇਂ ਹਥਿਆਰਾਂ ਨਾਲ ਲੋਕ ਖੁਦਕਿਸ਼ੀ ਕਰ ਲੈਂਦੇ ਆ ਜਿਵੇਂ ਸਲਫਾਸ ਖਾ ਕੇ ਤਾਂ ਕੋਈ ਖੁਦਕਿਸ਼ੀ ਕਰਦਾ ਨਹੀਂ ਹੁੰਦਾ ਜਿਵੇਂ ਗੱਡੀ ਥੱਲੇ ਆ ਕੇ ਤਾਂ ਕੋਈ ਮਰਦਾ ਨਹੀਂ ਹੁੰਦਾ ਜਿਵੇਂ ਕੋਈ ਨਹਿਰ 'ਚ ਡੁੱਬ ਕੇ ਤਾਂ ਮਰਦਾ ਨਹੀਂ ਹੁੰਦਾ ਜਿਵੇਂ ਟੈਂਕੀ 'ਤੇ ਕੋਈ ਛਾਲ ਮਾਰ ਕੇ ਤਾਂ ਮਰਦਾ ਨਹੀਂ ਹੁੰਦਾ ਇਹ ਦਲੀਲ ਦਿੱਤੀ ਜਾਂਦੀ ਹੈ ਕਦੇ ਦਲੀਲ ਦਿੱਤੀ ਜਾਂਦੀ ਹੈ ਕਿ ਆ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਲੋਕ ਸ਼ਰਾਬੀ ਹੋ ਕੇ ਗੋਲੀਆਂ ਚਲਾ ਦਿੰਦੇ ਦੇਖੋ ਇਹ ਜਿਹੜੀਆਂ ਦਲੀਲਾਂ ਨੇ ਨਾ ਪੇਤਲੀਆਂ ਦਲੀਲਾਂ ਨੇ ਇੱਕ ਤਾਂ ਤੁਸੀਂ ਇਹ ਕਿ ਇਤਿਹਾਸਿਕ ਉਹਦਾ ਪ੍ਰਸੰਗ ਹੀ ਖਤਮ ਕਰ ਰਹੇ ਆਂ ਦੂਸਰੀ ਜਿਹੜੀ ਅਗਲੀ ਗੱਲ ਹੈ ਕਿ ਵਡੇਰੇ ਪ੍ਰਸੰਗ ਦੇ ਵਿੱਚ ਜਦੋਂ ਅਸੀਂ ਹਥਿਆਰਾਂ ਦੀ ਜੇ ਲੋੜ ਤੋਂ ਹੀ ਮੁਨਕਰ ਤਾਂ ਕੀ ਅੱਜ ਫਿਰ ਇਤਿਹਾਸ ਦੇ ਵਿੱਚ ਕਿਤੇ ਹਥਿਆਰ ਜੇ ਅਸੀਂ ਧਾਰਮਿਕ ਮਹਾਪੁਰਸ਼ਾਂ ਨੂੰ ਛੱਡ ਵੀ ਦੇਈਏ ਕੀ ਭਗਤ ਸਿੰਘ ਦੇ ਇੱਕ ਹੱਥ ਕਿਤਾਬ ਤੇ ਇੱਕ ਹੱਥ ਪਿਸਤੌਲ ਨਹੀਂ ਸੀਗਾ ਕੀ ਕਰਤਾਰ ਸਿੰਘ ਸਰਾਭਾ ਨਾ ਪਰਣ ਵਾਲਾ ਬੰਦਾ ਸੀ ਕੀ ਉਹਨਾਂ ਨੇ ਹਥਿਆਰ ਨਹੀਂ ਠਾਇਆ ਕਿਉਂਦੋਂ ਸਿੰਘ ਨੇ ਹਥਿਆਰ ਨਹੀਂ ਸੀ ਠਾਇਆ ਤਾਂ ਇਸ ਸਥਿਤੀ ਦੇ ਵਿੱਚ ਜਦੋਂ ਅਸੀਂ ਇਤਿਹਾਸਿਕ ਪ੍ਰਸੰਗਾਂ ਤੋਂ ਪਹਿਲਾਂ ਤਾਂ ਜਿਹੜਾ ਉਹਦਾ ਗੁਰੂ ਸਾਹਿਬ ਨਾਲ ਜੁੜਦਾ ਪ੍ਰਸੰਗ ਆ ਸਿੱਖ ਵਿਰਸੇ ਨਾਲ ਜੁੜਦਾ ਪ੍ਰਸੰਗ ਆ ਉਸ ਤੋਂ ਤੋੜ ਲਿਆ ਮੁੜ ਕੇ ਜਿਹੜਾ ਅਸੀਮ ਆ ਕੇ ਕਿਹਾ ਜਾ ਸਕਦਾ ਹੈਗਾ ਕਿ ਆਜ਼ਾਦੀ ਦੇ ਸੰਗਰਾਮ ਨਾਲੋਂ ਇਸ ਨੂੰ ਤੋੜ ਲਿਆ। ਹੋਰ ਉਸ ਤੋਂ ਵੀ ਅਗਲੀ ਗੱਲ ਕਿ ਅੱਜ ਸੰਸਾਰ ਦੇ ਵਿੱਚ ਜੰਗਾਂ ਹੋ ਰਹੀਆਂ। ਤੇ ਕੀ ਮਾ ਕੇ ਜਿਹੜਾ ਇੱਕ ਦੇਸ਼ ਆ ਦੂਸਰੇ ਦੇਸ਼ ਨਾਲ ਜਦੋਂ ਲੜਦਾ ਹੈ ਉਦੋਂ ਇੱਕ ਹਥਿਆਰ ਨਾਲ ਲੜਦਾ ਤੇ ਦੂਸਰਾ ਕਿਤਾਬ ਨਾਲ ਲੜਦਾ। ਕਿਤਾਬ ਦੀ ਆਪਣੀ ਮਹੱਤਤਾ, ਬੁੱਧੀ ਮਤਾ ਦੀ ਆਪਣੀ ਮਹੱਤਤਾ ਹੈਗੀ। ਇਹ ਇਹਨਾਂ ਚੀਜ਼ਾਂ ਨੂੰ ਰਲ ਗੱਡ ਨਹੀਂ ਕਰਨਾ। ਅਸਲ ਜਦੋਂ ਰਲ ਗੱਡ ਕਰਦੀਆਂ ਤਾਂ ਸਾਡਾ ਇੱਕ ਵਿਸ਼ੇਸ਼ ਵਿਚਾਰ ਧਾਰਕ ਦ੍ਰਿਸ਼ਟੀਕੋਣ ਹੁੰਦਾ ਜਿਸ ਕਰਕੇ ਅਸੀਂ ਰਲ ਗੱਡ ਕਰ ਰਹੇ ਹਾਂ ਅਰ ਇਸ ਤੋਂ ਵੀ ਅੱਗੇ ਜੇ ਥੋੜਾ ਜਿਹਾ ਅੱਗੇ ਚਾਈਏ ਕਿ ਜਿਸ ਸਮੇਂ ਜਿਹੜੀਆਂ ਘੱਟ ਗਣਤੀਆਂ ਜਦੋਂ ਕਸ਼ਮੀਰ ਦੇ ਵਿੱਚ ਨੇ ਜਾਂ ਜਿਹੜੀਆਂ ਘੱਟ ਗਣਤੀਆਂ ਨੇ ਉਹ ਦੇਸ਼ ਦੇ ਹੋਰ ਹਿੱਸਿਆਂ ਵਿੱਚ ਆ ਜਦੋਂ ਉਹਨਾਂ ਤੇ ਕਦੇ ਹਮਲਾ ਹੁੰਦਾ ਹੈ ਤਾਂ ਉਸ ਸਮੇਂ ਕੀ ਕਹ ਜਦੋਂ ਮਤਲਬ ਕਿ ਚਿੱਠੀ ਸਿੰਗਾਪੁਰਾ ਦੇ ਵਿੱਚ ਲਾਈਨ ਬਣਾ ਕੇ ਬੰਦੇ ਮਾਰ ਦਿੱਤੇ ਗਏ ਕੀ ਉਦੋਂ ਲੱਗਦਾ ਨਹੀਂ ਕਿ ਉਹਨਾਂ ਕੋਲ ਹਥਿਆਰਾਂ ਦੀ ਲੋੜ ਹੈ ਕੀ ਕੀ ਮਾ ਕੇ ਜਦੋਂ ਦੰਗੇ ਹੋਏ 1984 ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਤੇ ਜਿੱਥੇ ਬਹੁਤ ਪਤੀ ਦੇ ਵਿੱਚ ਸਿੱਖ ਰਹਿੰਦੇ ਸੀਗੇ ਤੇ ਜਿੱਥੇ ਉਹ ਹਥਿਆਰਾਂ ਨਾਲ ਲੈਸ ਸੀਗੇ ਕੀ ਉੱਥੇ ਉਹਨਾਂ ਨੇ ਆਪਣਾ ਬਚਾਰ ਨਹੀਂ ਇਸ ਨਾਲ ਕਰ पाए ਤਾਂ ਇਸ ਸਥਿਤੀ ਦੇ ਵਿੱਚ ਤੁਸੀਂ ਇੱਕ ਵਾਢਿਓ ਹੀ ਕਿ ਬਹੁਤ ਸਾਰੇ ਬੰਦਿਆਂ ਬੰਦਿਆਂ ਦੇ ਆਪਣੇ ਢੰਗ ਨਾਲ ਇੱਕ ਜੀਣ ਦਾ ਤਰੀਕਾ ਹੈਗਾ ਜਿਹੜਾ ਦੂਜੇ ਲੋਕਾਂ ਨੂੰ ਪਸੰਦ ਨਹੀਂਗਾ ਇੱਕ ਉਹ ਆਪਣੀ ਆਣ-ਛਾਣ ਨੂੰ ਕਾਇਮ ਰੱਖ ਕੇ ਜੀਣਾ ਚਾਹੁੰਦੇ ਆ ਤੇ ਜਿਹੜੇ ਵਿਰੋਧੀ ਨੇ ਉਹ ਚੋਰ ਡਾਕੂ ਗੁੰਡੇ ਉਹਨਾਂ ਤੇ ਆ ਕੇ ਹਮਲਾ ਕਰਦੇ ਆ ਤੇ ਕੀ ਉਹ ਆਪ ਦਾ ਬਚਾਅ ਨਾ ਕਰਨ ਤੇ ਫਿਰ ਕੀ ਉਹ ਲਾਇਸੈਂਸੀ ਹਥਿਆਰਾਂ ਨਾਲ ਬਚਾਅ ਨਾ ਕਰਨ ਉਹ ਨਜਾਇਜ਼ ਹਥਿਆਰ ਰੱਖਾਂ ਬੈਨ ਕੁੱਲ ਹੀ ਮਾ ਕੇ ਇੱਕ ਪਾਸੜ ਹੋ ਕੇ ਜਿਉਂ ਸੋਸ਼ਲ ਮੀਡੀਆ ਇਸ ਗੱਲ ਦਾ ਪ੍ਰਚਾਰ ਕਰਨ ਲੱਗਿਆ ਕਿ ਗਲਤ ਗੱਲ ਆ ਗਲਤ ਗੱਲ ਆ ਇੱਕ ਗਲਤ ਗੱਲ ਆ ਤੇ ਕੀ ਰਹਿ ਸੀ ਸ਼ਾਂਤੀ ਦੇ ਪੁਜਾਰੀ ਜੇ ਸ਼ਾਂਤੀ ਦੇ ਪੁਜਾਰੀ ਆ ਫਿਰ ਪੰਜਾਬ ਦੇ ਵਿੱਚ ਐਸ ਸਮੇਂ ਬਾਕੀ ਹਥਿਆਰਾਂ ਦੀ ਤਾਂ ਲੋੜ ਹੀ ਨਹੀਂ ਜੇ ਹਥਿਆਰਾਂ ਦੀ ਇੰਨੀ ਲੋੜ ਨਹੀਂਗੀ ਤਾਂ ਕੀ ਗੱਲ ਮਾ ਕੇ ਕੋਈ ਵੀ ਜਿਹੜੀ ਸਰਕਾਰ ਦੇ ਸਰਕਾਰੀ ਬੰਦੇ ਆ ਉਹ ਹਥਿਆਰਾਂ ਤੋਂ ਬਗੈਰ ਕਿਉਂ ਮਾ ਕੇ ਨਹੀਂ ਤੁਰਦੇ ਫਿਰਦੇ ਇਹ ਤਾਂ ਤਾਂ ਕਿ ਨਵੀਂ ਸਰਕਾਰ ਵੀ ਹਥਿਆਰਾਂ ਤੋਂ ਬਗੈਰ ਹਥਿਆਰਬੰਦ ਬਾਡੀਗਾਰਡਨ ਤੋਂ ਬਗੈਰ ਨਹੀਂ ਕਿਤੇ ਆਉਂਦੀ ਜਾਂਦੀ ਹਰ ਉਸ ਤੋਂ ਵੀ ਅਗਲੀ ਗੱਲ ਮੈਂ ਕਿ ਅਸੀਂ ਬਟਾਲੀਆਂ ਨਾ ਮੰਗੀਆਂ ਕਿਉਂ ਵੀ ਬਟਾਲੀਆਂ ਨਾ ਮੰਗੀਆਂ ਹਥਿਆਰਬੰਦ ਬਟਾਲੀਆਂ ਨਾਲ ਦੀ ਕੀ ਜ਼ਰੂਰਤ ਹੈਗੀ ਸਮਗਲ ਨਾਲ ਲੜਨ ਲਈ ਜਾਂ ਪਾਕਿਸਤਾਨੀ ਘੁਸਪੈਠੀਆਂ ਨਾਲ ਲੜਨ ਲਈ ਜਾਂ ਕੀ ਲੋੜ ਆ ਭਾਈ ਇਹਦੀ ਵੀ ਲੋੜ ਕੀ ਸੋ ਇਸ ਤਰ੍ਹਾਂ ਸਾਨੂੰ ਇੱਕ ਪਾਸੜ ਹੋ ਕੇ ਨਾ ਤਾਂ ਆਪਣਾ ਇਤਿਹਾਸ ਭੁੱਲਣਾ ਚਾਹੀਦਾ ਨਾ ਉਹਦੀ ਅੱਜ ਦੀ ਜ਼ਰੂਰਤ ਭੁੱਲਣੀ ਚਾਹੀਦੀ ਹੈ ਤੇ ਨਾ ਹੀ ਕਿਸੇ ਸਿਆਸੀ ਕਾਰਨਾ ਕਰਕੇ ਜੇ ਬਿਆਨ ਕੁਝ ਤਰ੍ਹਾਂ ਨੂੰ ਲੱਗ ਸਕਦਾ ਹੈ ਕਿ ਬਿਆਨ ਜਿਹੜਾ ਹਰਪ੍ਰੀਤ ਦਾ ਹੈ ਸਿਆਸੀ ਹਰਪ੍ਰੀਤ ਸਿੰਘ ਦਾ ਜਿਹੜਾ ਬਿਆਨ ਹੈ ਸਿਆਸੀ ਕਾਰਨਾ ਤੋਂ ਪ੍ਰੇਰਿਤ ਹੈ। ਪਰ ਜੇ ਜਥੇਦਾਰ ਦਾ ਬਿਆਨ ਸਿਆਸੀ ਕਾਰਨਾ ਤੋਂ ਪ੍ਰੇਰਿਤ ਹੈ ਤਾਂ ਜਿਹੜੇ ਉਹਦੇ ਵਿਰੁੱਧ ਬਿਆਨ ਦੇ ਰਹੇ ਉਹ ਤੇ ਸਿਆਸੀ ਕਾਰਨਾ ਤੋਂ ਪ੍ਰੇਰਿਤ। ਮੈਨੂੰ ਲੱਗਦਾ ਹੈ ਕਿ ਸਾਨੂੰ ਥੋੜੀ ਜਿਹੀ ਬਿਆਨਬਾਜ਼ੀ ਕਰਨ ਸਮੇਂ ਉਹਦੇ ਸਾਰੇ ਪੱਖ ਵਿਚਾਰ ਲੈਣੇ ਚਾਹੀਦੇ ਆ ਕਿਤਾਬ ਜਾਂ ਪਸਤੌਲ ਲਾਇਸੈਂਸੀ ਜਾਂ ਗੈਰ ਲਾਇਸੈਂਸੀ ਆਮਨ ਸ਼ਾਂਤੀ ਜਾਂ ਰਾਜਿਕਤਾ ਇਸ ਕਿਸਮ ਦੇ ਵਿਰੋਧ ਜਟ ਬਣਾਉਣ ਤੋਂ ਪਹਿਲਾਂ ਸਾਨੂੰ ਇਹਨਾਂ ਗੱਲਾਂ ਨੂੰ ਵਿਚਾਰਨਾ ਚਾਹੀਦਾ ਦੂਸਰਾ ਜਿਸ ਮਸਲੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਮਸਲਾ ਬੜਾ ਮਹੱਤਵਪੂਰਨ ਵਿਣਸ਼ਕ ਭਗਵੰਤ ਮਾਨ ਨੇ ਇੱਕ ਬਹੁਤ ਦਲੇਰਾਨਾ ਫੈਸਲਾ ਲਿਆ ਕਿ ਉਹਨਾਂ ਨੇ ਆਪਣੇ ਹੀ ਮੰਤਰੀ ਦੇ ਖਿਲਾਫ ਮੈਂ ਕਿ ਉਹਨਾਂ ਨੂੰ ਬਰਖਾਸਤ ਵੀ ਕਰਤਾ ਉਹਨਾਂ ਤੇ ਪਰਚਾ ਵੀ ਦਰਜ ਕਰਾ ਦਿੱਤਾ ਚੰਗੀ ਗੱਲ ਹੁਣ ਇਸ ਦੀ ਤਾਰੀਫ ਕਰਨੀ ਬਣਦੀ ਹੈ ਇਹ ਚੰਗਾ ਫੈਸਲਾ ਹੈ ਪਰ ਵਿਰੋਧੀ ਪਾਰਟੀਆਂ ਇਹਦੇ 'ਚ ਵੀ ਗੱਲ ਰਹੀਆਂ ਕਦੇ ਤੱਕ ਇਹ ਕਹਿ ਰਹੀਆਂ ਹੈਗੀਆਂ ਕਿ ਇਹਨਾਂ ਦਾ ਚੋਣਾ ਚਲਾਹਾ ਲੈਣਾ ਹੈ ਭਾਈ ਚੋਣਾ 'ਚ ਤੁਸੀਂ ਵੀ ਲਾਹਾ ਲੈ ਲਿਆ ਕਰਦੇ ਤੁਸੀਂ ਵੀ ਆਪਣੇ ਸਮੇਂ ਜਦਨਾ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਆ ਜਿਨ੍ਹਾਂ ਦਾ ਭ੍ਰਿਸ਼ਟਾਚਾਰ ਫੜਿਆ ਜਾਂਦਾ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਤੁਸੀਂ ਇਹ ਜਿਹਾ ਕੰਮ ਨਹੀਂ ਕੀਤਾ ਇਹ ਆਮ ਆਦਮੀ ਪਾਰਟੀ ਕਰ ਰਹੀ ਆ ਭਗਵੰਤ ਮਾਨ ਕਰ ਰਿਹਾ ਤੇ ਚੰਗੀ ਗੱਲ ਹੈ ਕੀ ਚੰਗੀ ਗੱਲ ਨੂੰ ਚੰਗੀ ਗੱਲ ਕਹਿਣਾ ਸਿੱਖੋ ਦੂਜੀ ਜਿਹੜੀ ਐਸੇ ਨਾਲੀ ਜੁੜਦੀ ਗੱਲ ਹੈਗੀ ਉਹ ਜਮਾਂ ਹੀ ਇਸ ਪੱਧਰ ਉਹ ਇਹ ਕਈ ਵਾਰ ਕਿਹਾ ਜਾਂਦਾ ਹੈ ਕਿ ਇਸ ਦਾ ਜਿਹੜਾ ਲਾਹਾ ਹੈ ਉਹ ਗੁਜਰਾਤ ਚੋਣਾਂ ਦੇ ਵਿੱਚ ਜਾਂ ਹਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿੱਚ ਲੈਣਾ ਤੇ ਜੇ ਕੋਈ ਭਾਈ ਪਾਰਟੀ ਚੰਗੀ ਬਣ ਕੇ ਭ੍ਰਿਸ਼ਟਾਚਾਰੀਆਂ ਨੂੰ ਫੜ ਕੇ ਉਹਦਾ ਲਾਹਾ ਲੈਣਾ ਚਾਹੁੰਦੀ ਆ ਤਾਂ ਉਹਨੂੰ ਲਾਹਾ ਦੇਣਾ ਕਿਉਂ ਨਹੀਂ ਚਾਹੀਦਾ ਉਹਨੂੰ ਲਾਹਾ ਦੇਣਾ ਚਾਹੀਦਾ ਤੇ ਕੁਝ ਲੋਕ ਉਹਨਾਂ ਕਹੀ ਜਾਂਦੇ ਆ ਕਿ ਇਹ ਛੋਟੀਆਂ ਮੱਛੀਆਂ ਫੜੀਆਂ ਜਾ ਰਹੀਆਂ ਵੱਡੀਆਂ ਮੱਛੀਆਂ ਚ ਪੜੀਆਂ ਵੈਸੇ ਮੰਤਰੀ ਤੋਂ ਵੱਡੀ ਮੱਛੀ ਉਰਗੀ ਹੋ ਸਕਦੀ ਪਤਾ ਨਹੀਂ ਇਹ ਪੰਜਾਬੀਆਂ ਦਾ ਇੱਕ ਸੁਭਾਅ ਬਣ ਗਿਆ ਕਿ ਨਾ ਤਾਂ ਅਸੀਂ ਸੰਤੁਲਨ ਤੋਂ ਕੇ ਚੱਲ ਸਕਦੇ ਆਂ ਨਾ ਹੀ ਅਸੀਂ ਕਿਸੇ ਦੀ ਤਾਰੀਫ ਕਰ ਸਕਦੇ ਆਂ ਨਾ ਹੀ ਅਸੀਂ ਸਥਿਤੀਆਂ ਨੂੰ ਸਹੀ ਸੰਦਰਭ ਵਿੱਚ ਵਿਚਾਰ ਸਕਦੇ ਆਂ ਤਤਪੜੱਥੇ ਅਜਿਹੇ ਬਿਆਨ ਖਾਸ ਕਰਕੇ ਜਿਹੜੇ ਸੋਸ਼ਲ ਮੀਡੀਆ ਤੇ ਉੜਦੇ ਨੇ ਉਹ ਉਹ ਨਾ ਚਿਰਤਾ ਠੀਕ ਆ ਕਿ ਜਿੰਨੀ ਦੇਰ ਉਹ ਸੋਸ਼ਲ ਮੀਡੀਆ ਤੇ ਰਹਿੰਦੇ ਆ ਤੇ ਉਹ ਸਮਾਜਿਕ ਯਥਾਰਥ ਨੂੰ ਬਦਲਦੇ ਨਹੀਂ ਜਾਂ ਸਾਡੀ ਸੋਚ ਨੂੰ ਪ੍ਰਭਾਵਿਤ ਨਹੀਂ ਕਰਦੇ ਪਰ ਉਹ ਸੋਸ਼ਲ ਮੀਡੀਆ ਇੰਨਾ ਸਟਰੋਂਗ ਹੋ ਚੁੱਕਿਆ ਹੈ ਕਿ ਉਹ ਆਮ ਬੰਦਿਆਂ ਨੂੰ ਪ੍ਰਭਾਵਿਤ ਵੀ ਕਰਦਾ ਹੈ ਜਨ ਰਾਏ ਨੂੰ ਵੀ ਪ੍ਰਭਾਵਿਤ ਕਰਦਾ ਹੈ ਤੇ ਫੇਰ ਉਸ ਦਾ ਰਡਾ ਸਿੱਟਾ ਉਹ ਸਾਰੇ ਭਾਈਚਾਰੇ ਨੂੰ ਸਾਰੇ ਪੰਜਾਬੀ ਲੋਕਾਂ ਨੂੰ ਭੁਗਤਣਾ ਪੈਂਦਾ ਇਸ ਕਰਕੇ ਇਹਨਾਂ ਦੋ ਖਬਰਾਂ ਦੇ ਬਹਾਨੇ ਮੇਰਾ ਮੰਤਵ ਸਿਰਫ ਇੰਨਾ ਹੀ ਸੀ ਕਿ ਕਿਸੇ ਵੀ ਚੀਜ਼ ਬਾਰੇ ਪ੍ਰਤੀਕਰਮ ਦੇਣ ਲੱਗਿਆ ਦੋਵੇਂ ਪਾਸੇ ਜ਼ਰੂਰ ਸੋਚ ਲਿਆ ਕਰੀਏ ਸਿਰਫ ਇੱਕ ਪਾਸਾ ਸੋਚ ਕੇ ਤੁਰੰਤ ਬਿਆਨ ਨਾ ਦੇ ਦੇ